ਹੈਲੋ ਐਵਰੀਵਨ, ਵੈਲਕਮ ਯੂ ਆਲ ਇਨ ਯਰ ਓਨ ਚੈਨਲ ਲਰਨ ਐਵਰੀਥਿੰਗ। ਸੋ ਅਸੀਂ ਕਰ ਰਹੇ ਸੀ ਪਰਮੂਟੇਸ਼ਨ ਐਂਡ ਕੰਬੀਨੇਸ਼ਨ। ਨੈਕਸਟ ਕੁਛ ਅਸੀਂ ਇਹਦੇ ਹੁਣ ਸਮ ਕਰਾਂਗੇ, ਜਿਹੜੇ ਆਪਾਂ ਡਿਜਿਟ ਕੀਤੇ ਸੀਗੇ ਨਾ ਸਮ, ਅਲਫਾਬੈਟ ਦੇ ਅਕੋਰਡਿੰਗ ਹਨਾ ਅਲੱਗ ਅਲੱਗ ਕੀਤੇ ਸੀ, ਉਹਦੇ ਅਕੋਰਡਿੰਗ ਇਹ ਹੈਗੇ ਨੇ। ਬਸ ਇਹਦੇ ਵਿੱਚ ਕੁਛ ਮੈਨ ਐਂਡ ਵੁਮੈਨਸ ਦਾ ਹੈਗਾ ਆ, ਕਰਨੀ ਅਸੀਂ ਇਹਦੇ ਵਿੱਚ ਵੀ ਅਰੇਂਜਮੈਂਟ ਹੈ, ਠੀਕ ਹੈ, ਤਾਂ ਕਿ ਕੁਛ ਪ੍ਰੈਕਟਿਸ ਹੋ ਜਾਏਗੀ। ਇਨ ਹਾਊ ਮੈਨੀ ਵੇਜ਼ ਦਾ ਫਾਈਵ ਮੈਨ ਐਂਡ ਥ੍ਰੀ ਵੁਮੈਨ ਕੈਨ ਬੀ ਸੀਟਡ ਇਨ ਏ ਰੋ ਇਨ ਸੱਚ ਅ ਵੇ ਦੈਟ ਦੇਅਰ ਇਜ਼ ਨੋ ਰਿਸਟ੍ਰਿਕਸ਼ਨ। ਕਹਿ ਰਹੇ ਆ ਫਾਈਵ ਮੈਨ ਹੈਗੇ ਸਾਡੇ ਤੋਂ, ਥ੍ਰੀ ਕੀ ਹੈ ਵੁਮੈਨ, ਠੀਕ ਹੈ ਜੀ, ਫਾਈਵ ਮੈਨ ਹੈਗੇ ਨੇ, ਥ੍ਰੀ ਹੈਗੀਆਂ ਵੁਮੈਨਸ, ਐਂਡ ਤੁਸੀਂ ਇਹਨਾਂ ਨੂੰ ਇੱਕ ਰੋ ਦੇ ਵਿੱਚ ਅਰੇਂਜ ਕਰਾਉਣਾ ਹੈਗਾ ਆ, ਇਸ ਤਰ੍ਹਾਂ ਬਣਾਉਣਾ ਕਿ ਹੈਗਾ ਕਿ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ, ਕੋਈ ਵੀ ਕਿਤੇ ਬਹਿ ਸਕਦਾ, ਕਲੀਅਰ। ਫਾਈਵ ਕੀ ਹੈਗੇ ਨੇ ਮੈਨ, ਥ੍ਰੀ ਕੀ ਹੈਗੇ ਨੇ, ਫਾਈਵ ਮੈਨ ਐਂਡ ਥ੍ਰੀ ਆਰ ਵੁਮੈਨਸ, ਤੁਸੀਂ ਇਹਨਾਂ ਨੂੰ ਇੱਕ ਰੋ ਦੇ ਵਿੱਚ ਬਿਠਾਉਣਾ ਹੈਗਾ ਆ, ਇਸ ਤਰ੍ਹਾਂ ਬਿਠਾਉਣਾ ਕਿ ਦੇਅਰ ਇਜ਼ ਨੋ ਰਿਸਟ੍ਰਿਕਸ਼ਨ, ਠੀਕ ਹੈ। ਇੱਧਰ ਇੱਧਰ ਮਤਲਬ ਕੋਈ ਵੀ ਇੱਧਰ ਹੋ ਸਕਦਾ। ਪੰਜ ਜਿਹੜੇ ਮੈਨ ਆਪਣੇ ਆਪ ਨੂੰ ਕਿੰਨੇ ਤਰੀਕਿਆਂ ਨਾਲ ਅਰੇਂਜ ਕਰ ਸਕਦੇ ਆ, ਤੇ ਥ੍ਰੀ ਜਿਹੜੀਆਂ ਵੁਮੈਨਸ, ਟੋਟਲ ਕਿੰਨੇ ਹੋ ਗਏ, ਏਟ। ਸਾਡੇ ਤੇ ਕਿਹੜਾ ਕੋਈ ਰਿਸਟ੍ਰਿਕਸ਼ਨ, ਅਸੀਂ ਅੱਠਾਂ ਨੂੰ ਬਿਠਾਉਣਾ ਨਾ, ਮਤਲਬ ਹੁਣ ਸਾਡੇ ਦਿਮਾਗ ਚ ਇਹ ਹੈ ਕਿ ਕੋਈ ਕਿਤੇ ਵੀ ਬਹਿ ਸਕਦਾ, ਕਲੀਅਰ। ਸੋ ਫਾਈਵ ਪਲੱਸ ਥ੍ਰੀ ਚ ਹੋ ਜਾਏਗਾ 8 ਫੈਕਟੋਰੀਅਲ, ਤੁਸੀਂ ਇਹਨੂੰ ਸੋਲਵ ਕਰ ਲੈਣਾ, ਕਲੀਅਰ। ਈਜ਼ੀ ਹੈਗਾ ਨਾ, ਕੀ ਕਰਨਾ ਕਿ ਆਪਾਂ ਫਾਈਵ ਮੈਨ ਸੀਗੇ, ਥ੍ਰੀ ਵੁਮੈਨਸ ਆ, ਟੋਟਲ ਕਿੰਨੇ ਹੋ ਗਏ 8, ਕਿਉਂਕਿ ਕੋਈ ਰਿਸਟ੍ਰਿਕਸ਼ਨ ਨਹੀਂ, ਅਸੀਂ ਕਿਸੇ ਨੂੰ ਵੀ ਇੱਧਰ ਉੱਧਰ ਬਿਠਾ ਸਕਦੇ ਹਾਂ, ਕਿੰਨੇ ਤਰੀਕਿਆਂ ਨਾਲ ਬਿਠਾ ਸਕਦੇ ਹਾਂ 8 ਫੈਕਟੋਰੀਅਲ। ਜਿੱਦਾਂ ਹੁਣ ਫੋਰ ਐਗਜ਼ਾਮਪਲ 8 ਜਗ੍ਹਾ 1 2 3 4 5 6 7 8, ਇੱਥੇ ਕੋਈ ਅੱਠਾਂ ਚ ਕੋਈ ਵੀ ਆ ਸਕਦਾ, ਇੱਕ ਬੈਠ ਗਿਆ, ਹੁਣ ਸੱਤਾਂ ਚੋਂ ਵੀ ਕੋਈ ਆ, ਸੱਤਾਂ ਚ ਕੋਈ 7 ਤਰੀਕੇ ਨਾਲ ਇੱਥੇ ਬੈਠ ਸਕਦਾ, ਫਿਰ 6 ਨਾਲ, ਫਿਰ 5 4 3 2 1, ਲਾਸਟ ਤੇ 1 ਹੀ ਬਚ ਜਾਏਗਾ, ਉਹ ਫਿਰ ਬੈਠੇਗਾ ਹਨਾ। ਇੱਥੇ ਤਾਂ ਕੋਈ ਵੀ ਮੈਨ ਜਾਂ ਕੋਈ ਵੀ ਵੁਮੈਨ ਆ ਸਕਦੇ ਨਾ, ਠੀਕ ਹੈ। ਸੋ ਇੱਥੇ 8 ਵੇ ਆ ਕਿਸੇ ਨੂੰ ਬਿਠਾਉਂਦੇ, ਇੱਥੇ 7 ਆ, ਇੱਕ ਜਣਾ ਬੈਠ ਗਿਆ ਹੁਣ, ਫਿਰ 6 ਆ, ਫਿਰ 5 ਆ, ਜਿੱਦਾਂ ਆਪਾਂ ਉਹਦੇ ਵਿੱਚ ਇਹ ਕੀਤਾ ਹੀ ਸੀ, ਠੀਕ। ਸੋ ਦੈਟ ਮੀਨਸ 8 ਫੈਕਟੋਰੀਅਲ। ਨੈਕਸਟ ਦੇਖਦੇ ਆ ਕਿ ਕੋਈ ਕੰਡੀਸ਼ਨ ਦੇ ਦਿੱਤੀ ਉਹਨੇ ਕਿ ਆਲ ਵੁਮੈਨ ਸਿਟ ਟੁਗੈਦਰ। ਹੁਣ ਕੀ ਕਰਨਾ ਹੈ ਸਾਡੇ ਕੋਲ, ਕੀ ਆ, 5 ਮੈਨ ਆ, 3 ਵੁਮੈਨਸ ਆ, ਇਸ ਤਰ੍ਹਾਂ ਬਿਠਾਣਾ ਕਿ ਜਿਹੜੀਆਂ ਵੁਮੈਨਸ ਆ ਉਹ ਆਲਵੇਜ਼ ਟੁਗੈਦਰ ਇਕੱਠੀਆਂ ਬਹਿਣ, ਯਾਨੀ 1 2 3 4 5, ਇੱਥੇ ਤਾਂ ਅਸੀਂ ਇੱਧਰ ਉੱਧਰ ਅਰੇਂਜ ਕਰ ਸਕਦੇ ਹਾਂ, ਪਰ ਆਹ ਜਿਹੜੀਆਂ 3 ਪਲੇਸਿਸ ਆ ਇੱਥੇ ਫਿਕਸ ਆ ਕਿ 3 ਵੁਮੈਨਸ ਹੀ ਬਹਿਣੀਆਂ, ਠੀਕ ਆ। ਇਹ ਵਾਲੀਆਂ 3 ਮਤਲਬ ਕਿ ਵੁਮੈਨਸ ਜਿਹੜੀਆਂ ਇਕੱਠੀਆਂ ਬਹਿਣਗੀਆਂ, ਜੇ ਮਤਲਬ ਸੈਂਟਰ ਚ ਵੀ ਹੋਣਗੀਆਂ ਇਕੱਠੀਆਂ ਹੋਣਗੀਆਂ, ਦੈਟ ਮੀਨਸ ਇੱਥੇ ਤਾਂ ਇੱਧਰ ਉੱਧਰ ਰੇਂਜ ਹੋ ਸਕਦੀ 1 2 3 4 5, ਯਾਨੀ 5 ਯੂਨਿਟ ਤਾਂ ਹੋ ਗਏ ਸਾਡੇ ਕੋਲ, ਕਿੰਨੇ ਯੂਨਿਟ ਹੋ ਗਏ ਇਹ, 5 ਪਲੱਸ ਇਹ ਸਾਡੇ ਕੋਲ 1 ਯੂਨਿਟ ਹੋਏਗਾ, ਕਲੀਅਰ। ਸਮਝਦੇ ਕਿੱਦਾਂ ਕਿ 5 ਤਾਂ ਇਹ ਹੋ ਗਏ ਤਾਂ ਇੱਧਰ ਉੱਧਰ ਅਰੇਂਜ ਕਰ ਸਕਦੇ, ਬਟ ਇਹ 3 ਵੁਮੈਨਸ ਇਕੱਠੀਆਂ ਬਹਿਣੀਆਂ, ਜਿਦੋਂ ਉਹ ਚ ਸੀਗਾ ਨਾ ਵੋਵਲਸ ਕਮ ਟੁਗੈਦਰ ਆਪਾਂ ਕੀਤੇ ਸੀਗੇ, ਹੁਣ ਇਹ ਚ ਕਹਿੰਦਾ 3 ਵੁਮੈਨਸ ਟੁਗੈਦਰ ਇਕੱਠੀਆਂ ਹੋਣਗੀਆਂ, ਦੈਟ ਮੀਨਸ ਇਹ 1 ਯੂਨਿਟ ਹੋ ਗਿਆ, ਟੋਟਲ ਕਿੰਨੇ ਹੋ ਗਏ 6 ਫੈਕਟੋਰੀਅਲ, ਬਟ ਇਹ 3 ਵੁਮੈਨਸ ਆਪਣੇ ਆਪ ਨੂੰ ਇੱਧਰ ਉੱਧਰ ਤਾਂ ਅਰੇਂਜ ਕਰ ਹੀ ਸਕਦੀਆਂ, ਇਹ ਵੁਮੈਨ ਇੱਥੇ ਜਾ ਸਕਦੀ, ਇੱਥੇ ਆ ਸਕਦੀ, ਇੱਥੇ ਆ ਸਕਦੀ, ਇੱਧਰ ਉੱਧਰ ਅਰੇਂਜ ਕਰ ਸਕਦੀ, ਕਿੰਨੇ ਕਰਨਗੀਆਂ 3 ਫੈਕਟੋਰੀਅਲ। ਸੇਮ ਆ ਨਾ, ਉਹੀ ਵਾਲੇ ਸਮ, ਬਸ ਤਰੀਕਾ ਕਿ ਸਟੇਟਮੈਂਟ ਚੇਂਜ ਕੀਤੀ। ਨੈਕਸਟ ਹੈ ਆਲ ਮੈਨ ਸਿਟ ਟੁਗੈਦਰ ਐਂਡ ਵੁਮੈਨ ਸਿਟ ਟੁਗੈਦਰ, ਸੇਮ ਆ ਕਿ 5 ਮੈਨ ਸਾਡੇ ਕੋਲ ਹੈਗੇ ਆ, 3 ਵੁਮੈਨਸ ਹੈਗੀਆਂ, 5 ਮੈਨ ਵੀ ਇਕੱਠੇ ਬਿਠਾਣੇ ਆ, 3 ਵੁਮੈਨਸ ਵੀ ਇਕੱਠੀਆਂ ਬਿਠਾਣੀਆਂ, ਜਿੱਥੇ ਵੀ 1 2 3 4 5, ਇੱਥੇ 5 ਦੇ 5 ਜਿਹੜੇ ਮੈਨ ਆ ਉਹ ਇਕੱਠੇ ਬਹਿਣਗੇ, 3 ਵੁਮੈਨਸ ਇਕੱਠੀਆਂ ਬਹਿਣਗੀਆਂ, ਕਲੀਅਰ। ਸਮਝਦੇ ਆ ਕਿੰਨੇ ਤਰੀਕੇ ਨਾਲ, ਯਾਨੀ ਇਹ ਕਿੰਨੇ ਹੋ ਗਏ, 1 ਯੂਨਿਟ ਇਹ ਹੋ ਗਿਆ, 1 ਯੂਨਿਟ ਇਹ ਹੋ ਗਿਆ, ਟੋਟਲ ਕਿੰਨੇ ਹੋ ਗਏ, 2 ਯੂਨਿਟ ਹੋ ਗਏ, ਯਾਨੀ 2 ਫੈਕਟੋਰੀਅਲ ਨਾਲ ਇਹ ਇੱਧਰ ਬੈਠ ਸਕਦਾ, ਇੱਧਰ ਬੈਠ ਸਕਦਾ, ਇਹੀ ਤਰੀਕਾ ਹੋ ਸਕਦਾ ਨਾ ਇਕੱਠੇ ਬਹਿਣ ਦਾ, ਇਹ 5 ਦੇ 5 ਮੈਨ ਇੱਥੇ ਆ ਜਾਣ,
ਤਿੰਨ ਵੂਮੈਨਸ ਇੱਥੇ ਆ ਜਾਂਦੇ ਆ, ਤਿੰਨ ਵੂਮੈਨਸ ਇੱਧਰ ਆ ਜਾਣ, ਪੰਜ ਮੈਨ ਇੱਧਰ ਚੱਲ ਜਾਣ, ਦੇਖੋ ਹਨਾ। ਸੋ ਕਿੰਨੇ ਟੋਟਲ ਯੂਨਿਟ ਹੋ ਗਏ? 2 ਯੂਨਿਟ। ਬਟ ਤੁਹਾਨੂੰ ਪਤਾ ਹੈ ਜਿਹੜੇ ਪੰਜ ਦੇ ਪੰਜ ਮੈਨ ਹੋ ਗਏ ਆਪਣੇ ਆਪ ਨੂੰ ਇੱਧਰ ਉੱਧਰ ਤੱਕ ਆ ਹੀ ਸਕਦੇ ਜਿੱਥੇ ਵੀ ਬੈਠੇ ਹੋਣਗੇ। ਜਿੱਦਾਂ ਫੋਰ ਐਗਜਾਮਪਲ ਇੱਥੇ ਪੰਜੇ ਇਕੱਠੇ ਬੈਠੇ, ਕੋਈ ਇੱਥੇ ਆ ਸਕਦਾ, ਫਿਰ ਉਹ ਇੱਥੇ ਚੱਲ ਜਾਏਗਾ, ਇਹ ਇੱਥੇ ਚੱਲ ਜਾਏਗਾ। ਕਿੰਨੇ ਤਰੀਕੇ ਨਾਲ ਕਰ ਸਕਦੇ? 5 ਫੈਕਟੋਰੀਅਲ ਨਾਲ। ਏਦਾਂ ਜਿਹੜੀਆਂ 3 ਵੂਮੈਨਸ ਆਏ ਆਪਣੇ ਆਪ ਨੂੰ ਕਿੰਨੇ ਤਰੀਕੇ ਨਾਲ ਅਰੇਂਜ ਕਰ ਸਕਦੀਆਂ? 3 ਫੈਕਟੋਰੀਅਲ ਨਾਲ। ਸਹੀ ਹੈ ਮਾਨਾ ਕਿ 3 ਵੂਮੈਨਸ ਇੱਧਰ ਚੱਲ ਜਾਏਗੀ, ਇੱਧਰ ਕਿੰਨੇ ਸੈਕਿੰਡਸ ਦੇ ਵਿੱਚ ਸਮ ਹੋ ਜਾਣੇ, ਜੇ ਤੁਹਾਨੂੰ ਇਹ ਚੀਜ਼ ਦਾ ਇੱਕ ਟ੍ਰਿਕ ਬਸ ਪਤਾ ਹੈਗੀ ਕਿੱਦਾਂ ਕਰਨੀ। ਕਲੀਅਰ? ਸੋ ਇਹ ਤੁਸੀਂ ਖੁਦ ਸੋਲਵ ਕਰੀ ਜਾਇਓ, ਹੋ ਸਕਦਾ ਤੁਹਾਨੂੰ ਪੇਪਰ ਚ ਵੀ ਸਿੰਪਲ ਇਹਦੀ ਆਪਸ਼ਨ ਦੇ ਦੇਣ, ਸਿੰਪਲ ਫੈਕਟੋਰੀਅਲ ਦਾ। ਨੈਕਸਟ ਹੈ, ਇਨ ਹਾਊ ਮੈਨੀ ਵੇਜ 5 ਬੋਇਜ਼ ਐਂਡ 3 ਗਰਲਸ ਕੈਨ ਬੀ ਸੀਟਡ ਇਨ ਅ ਰੋ ਸੋ ਦੈਟ ਨੋ 2 ਗਰਲਸ ਆਰ ਸਿਟ ਟੁਗੇਦਰ। 5 ਬੋਇਜ਼ ਐਂਡ 3 ਗਰਲਸ, ਓਕੇ, 5 ਸਾਡੇ ਕੋਲ ਬੋਇਜ਼ ਆ, 3 ਕੀ ਆ? ਗਰਲਸ ਆ। ਉਹਨਾਂ ਨੂੰ ਬਿਠਾਣਾ ਇਸ ਤਰ੍ਹਾਂ ਆ ਇੱਕ ਰੋ ਦੇ ਵਿੱਚ, ਸੋ ਦੈਟ ਨੋ 2 ਗਰਲਸ ਕੈਨ ਸਿਟ ਟੁਗੇਦਰ। 2 ਗਰਲਸ ਇਕੱਠੀਆਂ ਨੀ ਬੈਠਣੀਆਂ ਚਾਹੀਦੀਆਂ। ਲਾਈਕ ਮੰਨ ਲਓ ਇੱਕ ਬੋਇਜ਼ ਤੁਹਾਡੇ ਤੋਂ 1, 2, 3 ਏਦਾਂ ਕਰਦੇ ਆਪਾਂ, ਇਹਨਾਂ ਨੂੰ ਏਦਾਂ ਲੈ ਲੈਂਦੇ ਹਾਂ, 1, 2, 3, 4, 5 ਬੋਇਜ਼ ਆ, ਗਰਲਸ ਕਿੰਨੀਆਂ ਆ? 3। ਅਸੀਂ ਇਸ ਤਰ੍ਹਾਂ ਬਿਠਾਣਾ ਕਿ 2 ਗਰਲਸ ਕਦੀ ਵੀ ਇਕੱਠੀਆਂ ਨਾ ਆਉਣ। ਧਿਆਨ ਨਾਲ ਦੇਖੋ, ਜੇ ਮੈਂ ਇੱਥੇ ਬਿਠਾ ਦਵਾਂ 3 ਗਰਲਸ, 1 ਇੱਥੇ ਵੀ ਆ ਸਕਦੀ, ਇੱਥੇ ਵੀ। ਗਰਲਸ 3 ਬਿਠਾਣੀਆਂ, ਪਲੇਸਿਸ ਕਿੰਨੀਆਂ ਸਾਡੇ ਕੋਲ ਇਕੱਠੀਆਂ ਨਾ ਬੈਠ ਸਕਣ? 6 ਪਲੇਸਿਸ ਆ, ਧਿਆਨ ਨਾਲ ਦੇਖੋ, 1, 2, 3, 4, 5, 6 ਪਲੇਸਿਸ ਏਦਾਂ ਹੀ ਆ ਜਿੱਥੇ ਮੈਂ ਕਿਤੇ ਵੀ ਗਰਲ ਨੂੰ ਬਿਠਾ ਸਕਦੀ ਹਾਂ। ਤੇ ਏਦਾਂ ਜੇ ਮੈਂ ਏਦਾਂ ਬਿਠਾਵਾਂਗੀ, 2 ਗਰਲਸ ਇਕੱਠੇ ਨੀ ਆਈਆਂ, ਬੋਏ ਗਰਲ, ਬੋਏ ਗਰਲ, ਬੋਏ ਗਰਲ, ਬੋਏ, ਠੀਕ ਹੈ, ਅਲਟਰਨੇਟ ਹੋ ਗਏ ਬਿਲਕੁਲ, ਠੀਕ ਹੈ, ਇਕੱਠੀਆਂ ਨੀ ਆ ਰਹੀਆਂ ਕਿਤੇ ਵੀ, 2 ਗਰਲਸ ਕਿਤੇ ਵੀ ਇਕੱਠੀਆਂ ਨਹੀਂ ਆ ਰਹੀਆਂ। ਬਟ ਹੁਣ ਇੱਥੇ ਦੇਖੋ ਪਲੇਸਿਸ ਕਿੰਨੀਆਂ ਆ, 1, 2, 3, 4, 5, 6 ਬਟ ਮੈਂ ਗਰਲਸ ਕਿੰਨੀਆਂ ਬਿਠਾਣੀਆਂ? ਹਾਈ 3 ਗਰਲਸ ਆ। ਡੈਟ ਮੀਨ ਸਭ ਤੋਂ ਪਹਿਲਾਂ ਬਿਠਾਉਣ ਤੋਂ ਪਹਿਲਾਂ ਮੈਨੂੰ ਸਿਲੈਕਟ ਕਰਨਾ ਪਏਗਾ। ਸਿਲੈਕਟ ਲਈ ਆਪਾਂ ਕੀ ਯੂਜ਼ ਕਰਦੇ? ਕੰਬੀਨੇਸ਼ਨ, ਯਾਨੀ ਕਿ ਮੈਂ 6 ਦੇ ਵਿੱਚੋਂ ਕਿੰਨੀਆਂ ਗਰਲਸ, 6 ਪਲੇਸਿਸ ਦੇ ਵਿੱਚੋਂ ਕਿੰਨੀਆਂ ਪਲੇਸਿਸ ਸਿਲੈਕਟ ਕਰਾਂਗੀ? 3। ਪਰ ਉਹ ਅਰੇਂਜ ਵੀ ਕਰਨਾ ਆ, 3 ਗਰਲਸ ਅਰੇਂਜ ਵੀ ਹੋਣੀ ਆ, ਕਿੰਨੇ ਫੈਕਟੋਰੀਅਲ ਨਾਲ ਅਰੇਂਜ ਹੋਣਗੀਆਂ? 3 ਫੈਕਟੋਰੀਅਲ ਨਾਲ। ਜਿਹੜੇ 5 ਬੋਇਜ਼ ਆ ਆਪਣੇ ਆਪ ਨੂੰ ਕਿੰਨੇ ਤਰੀਕੇ ਨਾਲ ਅਰੇਂਜ ਕਰਨਗੇ? 5 ਫੈਕਟੋਰੀਅਲ ਨਾਲ। ਸਮਝਦੇ ਚੀਜ਼ ਨੂੰ? 3 ਗਰਲਸ ਸੀਗਾ ਉਹ ਕਹਿੰਦਾ ਜਿਹੜੀਆਂ ਗਰਲਸ ਆ ਨਾ ਉਹ ਇਕੱਠੀਆਂ ਨੀ ਆਉਣੀਆਂ ਚਾਹੀਦੀਆਂ, ਯਾਨੀ ਕਿ ਇੱਦਾਂ ਬੈਠ ਸਕਦੀਆਂ ਗਰਲਸ ਇੱਥੇ 1, 2, 3 ਹਨਾ, ਜਾਂ ਫਿਰ ਗਰਲ 1, 2, 3 ਇੱਥੇ ਆ ਸਕਦੀ, ਕਿਸੇ ਵੀ ਤਰੀਕੇ ਨਾਲ ਕਿਤੇ ਵੀ ਆ ਸਕਦੀ। ਪਰ ਟੋਟਲ ਪਲੇਸਿਸ ਕਿੰਨੀਆਂ ਸਾਡੇ ਕੋਲ? 4, 5, 6 ਪਲੇਸਿਸ ਆ। 6 ਪਲੇਸਿਸ ਤੋਂ ਕੋਈ ਸਿਲੈਕਟ ਤਾਂ ਮੈਂ 3 ਕਰਾਂਗੀ ਨਾ, ਫਿਰ ਸਿਲੈਕਟ ਕਰਕੇ ਫਿਰ ਉਹਨਾਂ ਨੂੰ ਕੀ ਕਰਦਾਂਗੀ? ਅਰੇਂਜ ਕਰਦਾਂਗੀ। ਅਰੇਂਜ ਲਈ ਆਪਾਂ ਕਿੰਨੇ ਤਰੀਕੇ ਆ? 3 ਗਰਲਸ ਆ, 3 ਫੈਕਟੋਰੀਅਲ ਨਾਲ ਅਰੇਂਜ ਹੋਣਗੀਆਂ, 5 ਬੋਇਜ਼ ਆਪਣੇ ਆਪ ਨੂੰ 5 ਫੈਕਟੋਰੀਅਲ ਤਰੀਕੇ ਨਾਲ ਅਰੇਂਜ ਕਰਨਗੇ। ਕਲੀਅਰ? ਨੈਕਸਟ ਕਰਦੇ ਹਾਂ। ਨੈਕਸਟ ਇਜ 4 ਬੋਇਜ਼ ਐਂਡ 4 ਗਰਲਸ। 4 ਬੋਇਜ਼ ਹੈਗੇ ਨੇ ਤੇ 4 ਹੀ ਹੈਗੀਆਂ ਗਰਲਸ। ਫੋਰਮ ਅ ਲਾਈਨ ਵਿਦ ਦ ਬੋਇਜ਼ ਐਂਡ ਗਰਲ, ਇੱਕ ਲਾਈਨ ਬਣਾ ਰਹੇ ਜਿਹਦੇ ਵਿੱਚ ਬੋਇਜ਼ ਵੀ ਆ ਗਰਲਸ ਵੀ ਆ, ਆਰ ਅਲਟਰਨੇਟਿੰਗ, ਅਲਟਰਨੇਟ ਆ ਮਤਲਬ ਇੱਕ ਛੱਡ ਕੇ ਆ। ਦੈਨ ਨੰਬਰ ਆਫ ਵੇਜ ਮੇਕਿੰਗ ਅ ਲਾਈਨ, ਓਕੇ, 4 ਬੋਇਜ਼ ਹੈਗੇ ਨੇ, 1, 2, 3, 4 4 ਹੈਗੇ ਨੇ ਸਾਡੇ ਕੋਲ ਬੋਇਜ਼ ਤੇ 4 ਹੀ ਹੈਗੀਆਂ ਨੇ ਗਰਲਸ। ਇਸ ਤਰ੍ਹਾਂ ਬਿਠਾਣੇ ਕਿ ਅਲਟਰਨੇਟ ਆ, ਅਲਟਰਨੇਟ ਹੁੰਦਾ ਜਿੱਦਾਂ ਇੱਕ ਬੋਆਏ ਇੱਕ ਗਰਲ, ਇੱਕ ਬੋਆਏ ਇੱਕ ਗਰਲ, ਠੀਕ ਆ, ਏਦਾਂ ਹੋ ਸਕਦਾ ਇੱਕ ਗਰਲ ਇੱਥੇ ਆ ਜਾਵੇ, 1, 2, 3, 4 ਇੱਕ ਤਾਂ ਇਹ ਤਰੀਕਾ, ਪਲੱਸ ਇੱਕ ਤਰੀਕਾ ਕੀ ਹੋ ਸਕਦਾ ਧਿਆਨ ਨਾਲ ਦੇਖੋ, 2, 3 ਇਹ ਹੋ ਗਏ ਬੋਆਏ। ਜੇ ਮੈਂ ਗਰਲਸ ਇੱਧਰੋਂ ਬਿਠਾਣੀਆਂ ਸ਼ੁਰੂ ਕਰਾਂ, ਇਹੀ ਆ, ਇਹੀ 2 ਤਰੀਕੇ ਆ, ਮਤਲਬ ਏਦਾਂ ਬਿਠਾਇਆ ਜਾ ਸਕਦਾ ਜਾਂ ਫਿਰ ਏਦਾਂ। ਔਰ ਆ ਨਾ, ਔਰ ਮਤਲਬ ਮੈਂ ਦੱਸਿਆ ਸੀ ਹਮੇਸ਼ਾ ਪਲੱਸ ਆ,
ਪਰਮੂਟੇਸ਼ਨ ਕੰਬੀਨੇਸ਼ਨ ਚ ਜਿੱਥੇ ਐਂਡ ਆਏਗਾ ਹਮੇਸ਼ਾ ਮਲਟੀਪਲੀਕੇਸ਼ਨ, ਜਿੱਥੇ ਵੀ ਔਰ ਆਏਗਾ ਉੱਥੇ ਹਮੇਸ਼ਾ ਅਸੀਂ ਪਲੱਸ ਯੂਜ ਕਰਾਂਗੇ। ਕਲੀਅਰ? ਸੋ ਇਹੀ ਦੋ ਤਰੀਕੇ ਆ। ਸੋ ਕਰ ਲਓ ਇਹਨੂੰ ਕਿੱਦਾਂ ਕਰਾਂਗੇ। ਦੇਖੋ ਇਹਦੇ ਵਿੱਚ ਕੀ ਆ ਸਾਡੇ ਕੋਲ, ਕਿੰਨੀਆਂ ਗਰਲਸ ਆ, 1 2 3 4, ਕਿੰਨੇ ਤਰੀਕੇ ਨਾਲ ਅਰੇਂਜ ਕਰਨਗੀਆਂ, 4 ਫੈਕਟੋਰੀਅਲ ਨਾਲ। ਬੋਇਸ ਕਿੰਨੇ, 1 2 3 4, ਕਿੰਨੇ ਨਾਲ ਹੋਣਗੇ, 4 ਫੈਕਟੋਰੀਅਲ ਨਾਲ, ਪਲੱਸ 1 2 3 4, 4 ਫੈਕਟੋਰੀਅਲ ਨਾਲ। ਗਰਲਸ ਕਿੰਨੇ ਤਰੀਕੇ ਨਾਲ ਅਰੇਂਜ ਕਰਾਂਗੀਆਂ, 4 ਫੈਕਟੋਰੀਅਲ ਨਾਲ। ਸੋ ਟੋਟਲ ਪਲੱਸ ਕਰੋਗੇ ਯੂ ਵਿਲ ਗੈਟ 2 × 4 ਫੈਕਟੋਰੀਅਲ × 4 ਫੈਕਟੋਰੀਅਲ। ਕਲੀਅਰ? ਇਹ ਜਾਏਗਾ ਤੁਹਾਡੇ ਕੋਲ ਆਨਸਰ। ਸਮਝ ਆਇਆ? ਕਿਉਂਕਿ ਸਾਡੇ ਕੋਲ ਦੋ ਤਰੀਕੇ ਸੀਗੇ ਜਿਹਦੇ ਨਾਲ ਮਤਲਬ ਅਲਟਰਨੇਟਿਵ ਪੋਜੀਸ਼ਨ ਤੇ ਇੱਦਾਂ ਵੀ ਬਹਿ ਸਕਦੀ, ਇਹਦੇ ਮੈਂ ਅਲੱਗ ਮੈਥਡ ਕਰ ਲਏ, ਇੱਦਾਂ ਬੈਠਣ ਦੇ ਅਲੱਗ ਮੈਥਡ ਕਰ ਲਏ। ਕਲੀਅਰ? ਸੋ ਤੁਸੀਂ ਦੇਖ ਲਿਓ, ਹੋਰ ਕੋਈ ਨੀ ਬਣਨਾ, ਇਹੀ ਇਹ ਦੋ ਕੇਸ ਬਣਨੇ ਹੈਗੇ। ਨੈਕਸਟ ਕੁਸ਼ਚਨ ਕਰਦੇ ਹਾਂ। ਨੈਕਸਟ ਕੁਸ਼ਚਨ ਇਜ਼ 4 ਬੁਆਏ ਐਂਡ 3 ਗਰਲਸ। ਤੁਸੀਂ ਪਹਿਲਾਂ ਖੁਦ ਟਰਾਈ ਕਰਿਓ ਕਰਨ ਦੀ। ਫੋਰਮ ਅ ਲਾਈਨ, 4 ਬੁਆਏਜ਼ ਹੈਗੇ ਨੇ, 3 ਗਰਲਸ ਹੈਗੀਆਂ ਨੇ। 4 ਬੁਆਏਜ਼ ਐਂਡ 3 ਗਰਲਸ, ਫੋਰਮ ਅ ਲਾਈਨ ਵਿਦ ਅ ਬੁਆਏਜ਼ ਐਂਡ ਗਰਲ ਆਰ ਅਲਟਰਨੇਟ। ਬੁਆਏਜ਼ ਤੇ ਗਰਲ ਕੀ ਹੈਗੇ, ਅਲਟਰਨੇਟ ਹੈਗੇ। ਫਾਇੰਡ ਦਾ ਨੰਬਰ ਆਫ ਵੇਜ਼ ਆਫ ਮੇਕਿੰਗ ਦਾ ਲਾਈਨ। ਬੁਆਏਜ਼ ਤੇ ਗਰਲ ਅਲਟਰਨੇਟ ਪੋਜੀਸ਼ਨ ਤੇ, ਓਕੇ। ਅਲਟਰਨੇਟ ਪੋਜੀਸ਼ਨ, 4 ਬੁਆਏਜ਼ ਆ, 1 2 3 4, 4 ਬੁਆਏਜ਼, ਗਰਲਸ ਕਿੰਨੀਆਂ ਹੈਗੀਆਂ, 3, ਅਲਟਰਨੇਟ ਬਿਠਾਣੀਆਂ। ਧਿਆਨ ਦਿਓ, ਹੁਣ ਮੈਂ ਜਿੱਥੇ ਗਰਲ ਬਿਠਾ ਦਵਾਂ, 1 2 3, ਤਾਂ ਕੀ ਹੋਇਆ, 2 ਬੁਆਏਜ਼ ਇਕੱਠੇ ਹੋ ਗਏ, ਗਲਤ ਹੋ ਗਿਆ ਨਾ। ਅਸੀਂ ਤਾਂ ਅਲਟਰਨੇਟ ਬਿਠਾਣੇ ਆ, 2 ਬੁਆਏ ਇਕੱਠੇ ਨਹੀਂ ਆਣੇ ਚਾਹੀਦੇ, ਉਹਨੇ ਕਹਿ ਦਿੱਤਾ, ਯਾਨੀ ਇਹ ਕੇਸ ਤਾਂ ਹੋ ਗਿਆ ਗਲਤ। ਹੋਰ ਦੇਖ ਲਓ, ਠੀਕ ਹੈ, ਮੈਂ ਇੱਥੇ ਹੀ ਰੱਬ ਕਰ ਦਵਾਂ ਇਹਨੂੰ, ਜਾਂ ਚਲੋ ਅੱਗੇ ਬਣਾ ਕੇ ਦੇਖਦੀ ਹਾਂ। 1 2 3 4, 1 2 3 4, ਜੇ ਮੈਂ ਇੱਦਾਂ ਗਰਲਸ ਬਿਠਾਵਾਂ, 1 2 3, ਫਿਰ 2 ਬੁਆਏਜ਼ ਕੀ ਆ ਗਏ, ਇਕੱਠੇ ਆ ਗਏ, ਫੇਲ ਹੋ ਗਿਆ, ਉਹਨੇ ਤਾਂ ਕਿਹਾ ਅਲਟਰਨੇਟ ਬਿਠਾਣੇ ਆ, ਠੀਕ ਹੈ। ਹੁਣ ਇਹ ਵੀ ਕੇਸ ਗਲਤ ਹੋ ਗਿਆ, ਹੋਰ ਕਿਹੜਾ ਤਰੀਕਾ ਹੋ ਸਕਦਾ, 1 1 2 3 4, 4 ਬੁਆਏਜ਼ ਆ, ਗਰਲਸ ਮੈਂ ਇੱਦਾਂ ਬਿਠਾ ਦਵਾਂ, 1 2 3, ਹੁਣ ਹੋ ਗਏ, ਦੇਖੋ 4 ਬੁਆਏਜ਼ 3 ਗਰਲਸ ਸੀਗੀਆਂ। ਇੱਦਾਂ ਜੇ ਬਿਠਾ ਦਵਾਂ, ਅਲਟਰਨੇਟ ਹੋ ਗਏ ਨਾ, ਬੁਆਏ ਗਰਲ, ਬੁਆਏ ਗਰਲ, ਬੁਆਏ ਗਰਲ, ਬੁਆਏ ਬਸ ਬੁਆਏ, ਗਰਲ ਤੋਂ ਬਾਅਦ ਬੁਆਏ, ਮਤਲਬ ਹੈ ਤਾਂ ਅਲਟਰਨੇਟ ਆ ਨਾ। ਹੁਣ ਕੋਈ 2 ਬੁਆਏ ਇਕੱਠੇ ਨੀ ਹੈਗੇ, 2 ਗਰਲਸ ਵੀ ਇਕੱਠੀਆਂ ਨੀ ਹੈਗੀਆਂ, ਇਹ ਕੇਸ ਬਣ ਗਿਆ ਨਾ, ਬਸ ਹੋਰ ਤਾਂ ਨੀ ਕੋਈ ਕੇਸ ਬਣਦਾ, ਤੁਸੀਂ ਚੈੱਕ ਕਰ ਸਕਦੇ ਆ। ਸੋ 3 ਗਰਲਸ ਹੈ, ਕਿੰਨੇ ਤਰੀਕੇ ਨਾਲ ਆਪਣੇ ਆਪ ਨੂੰ ਅਰੇਂਜ ਕਰਨਗੀਆਂ, 3 ਫੈਕਟੋਰੀਅਲ ਨਾਲ। 4 ਬੁਆਏਜ਼ ਆਪਣੇ ਆਪ ਨੂੰ ਕਿੰਨੇ ਨਾਲ ਕਰਨਗੇ, 4 ਫੈਕਟੋਰੀਅਲ ਨਾਲ। ਇਹਨੂੰ ਤੁਸੀਂ ਸੋਲਵ ਕਰ ਲਿਓ, ਉਸ ਤੋਂ ਬਾਅਦ ਤੁਹਾਡਾ ਕੀ ਆ ਜਾਣਾ ਆਨਸਰ। ਤੁਹਾਨੂੰ ਪਤਾ ਹੈ 4 ਫੈਕਟੋਰੀਅਲ ਕਿੰਨਾ ਹੁੰਦਾ, 24 6 144, ਆਨਸਰ ਆ ਜਾਏਗਾ। ਕਲੀਅਰ? ਵਿਦ ਇਨ ਦਾ ਸੈਕਿੰਡ ਹੋ ਜਾਣਾ ਇੱਦਾਂ ਦੇ ਸਮਝ, ਤੁਹਾਨੂੰ ਇਹ ਚੀਜ਼ਾਂ ਪੈਟਰਨ ਜਸਟ ਬਣਾਉਣੇ ਹੁੰਦੇ ਆ, ਹੈ ਤਾਂ ਕੁਛ ਵੀ ਨੀ ਗਾ, ਬਸ ਤੁਸੀਂ ਇਹ ਅਰੇਂਜ ਕਰਨਾ ਤੇ ਉਸ ਤਰ੍ਹਾਂ ਫੈਕਟੋਰੀਅਲ ਦੇ ਅਕੋਰਡਿੰਗ ਕਰ ਦੇਣਾ, ਠੀਕ ਹੈ। ਸੋ ਇਹ ਪਰਮੂਟੇਸ਼ਨ ਦੇ ਕੁਛ ਸਮ ਸੀਗੇ ਕਿ ਅਰੇਂਜਮੈਂਟਸ ਅਸੀਂ ਇਨ ਕੇਸ ਆਫ ਜੇ ਸਾਨੂੰ ਮੈਨ ਵੁਮੈਨ ਜਾਂ ਫਿਰ ਬੋਇਜ਼ ਗਰਲਸ ਦਿੰਦੇ ਆ, ਫਿਰ ਆਪਾਂ ਕਿੱਦਾਂ ਇਹ ਕਰਦੇ ਆ, ਠੀਕ ਆ। ਨੈਕਸਟ ਅਸੀਂ ਕੰਬੀਨੇਸ਼ਨ ਸਿੱਖਾਂਗੇ ਕਿ ਕਿੱਦਾਂ ਕੋਈ ਕਮੇਟੀ ਦੇ ਵਿੱਚੋਂ ਕਿੱਦਾਂ ਸਿਲੈਕਟ ਕਰਦੇ ਆ, ਉਹ ਅਸੀਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਥੈਂਕਸ ਫਾਰ ਵਾਚਿੰਗ ਦਾ ਵੀਡੀਓ।